ਅੱਜ ਜਿਸ ਮੋੜ ਤੇ ਪੰਜਾਬ ਖੜਾ ਹੈ, ਤੁਹਾਨੂੰ ਇੱਕ ਵੱਡਾ ਫੈਸਲਾ ਲੈਣਾ ਪੈਣਾ ਕਿ ਆਪਾਂ ਗੱਲਾਂ 'ਚ ਆਉਣਾ, ਲਾਰਿਆਂ 'ਚ ਆਉਣਾ ਜਾਂ ਆਪਾਂ ਪੰਜਾਬ ਨੂੰ ਬਚਾਉਣਾ। ਜੇ ਤੁਸੀਂ ਪਿਛਲੇ 40-50 ਸਾਲ ਦਾ ਇਤਿਹਾਸ ਦੇਖੋ ਪੰਜਾਬ ਵਿੱਚ, 15-20 ਸਾਲ ਤੁਹਾਡੀ ਆਪਣੀ ਪਾਰਟੀ ਮਾਂ ਪਾਰਟੀ ਦਾ ਰਾਜ ਰਿਹਾ, ਬਾਕੀ ਆ ਦਿੱਲੀ ਵਾਲੇ ਦਾ ਰਿਹਾ। ਦੋਨਾਂ ਵਿੱਚ ਜੇ ਤੁਸੀਂ ਫਰਕ ਦੇਖੋ ਕਿ ਜਦੋਂ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਦਾ ਰਾਜ, ਐਂ ਲੱਗਦਾ ਤੁਹਾਡਾ ਰਾਜ ਹੈ, ਤਰੱਕੀ ਹੁੰਦੀ ਸੀ, ਸੜਕਾਂ ਬਣਦੀਆਂ ਸੀ, ਟਿਊਬਵੈਲ ਕਨੈਕਸ਼ਨ ਮਿਲਦੇ ਸੀ, ਤੁਹਾਡੇ ਮੰਡੀਆਂ ਬਣਦੀਆਂ ਸੀ, ਖਾਲੇ ਬਣਦੇ ਸੀ, ਕੱਸੀਆਂ ਬਣ ਰਹੀਆਂ ਸੀ, ਮੰਡੀ ਸਾਰਾ ਕੁਛ ਹੀ ਕਿਸਾਨੀ ਨੂੰ ਮਿਲ ਰਿਹਾ ਸੀ, ਗਰੀਬ ਨੂੰ ਆਟਾ ਦਾਲ ਛਕਣ ਪੈਨਸ਼ਨ ਸਾਰੀਆਂ ਚੀਜ਼ਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਬਿਜਲੀ ਦੇ ਥਰਮਲ ਪਲਾਂਟ, 4 ਲੇਨ ਸੜਕਾਂ, ਏਅਰਪੋਰਟ, ਜੋ ਜੋ ਕੁਛ ਬਣਿਆ ਪੰਜਾਬ ਚ ਉਦੋਂ ਹੀ ਬਣਿਆ ਜਦੋਂ ਤੁਹਾਡੀ ਖੇਤਰੀ ਪਾਰਟੀ ਅਕਾਲੀ ਦਲ ਦਾ ਰਾਜ। ਪਰ ਜਦੋਂ ਆਪਾਂ ਗੱਲਾਂ ਜਾ ਕੇ ਦਿੱਲੀ ਵਾਲੀ ਕਾਂਗਰਸ ਦਾ ਮੌਕਾ ਦੇ ਦਿੰਦੇ ਹਾਂ ਤੇ ਹੁਣ ਝਾੜੂ ਵਾਲਾ ਦੇ ਤਾ ਬਰਬਾਦ ਕਰ ਦਿੰਦੇ ਪੰਜਾਬ ਨੂੰ। 5 ਸਾਲ ਕੱਲਾ ਰਾਜ ਕਰਦੇ ਹੈ, ਸੇਵਾ ਨਹੀਂ, ਰਾਜ ਕਰਨ ਨੂੰ ਲੁੱਟਣ ਆਉਂਦੇ ਇੱਥੇ ਇਸ ਸੂਬੇ ਨੂੰ, ਜਿਵੇਂ ਅੰਗਰੇਜ਼ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਤੇ ਸਾਰਾ ਖਜ਼ਾਨਾ ਲੈ ਕੇ ਤੇ ਆਪਣੇ ਮੁਲਕ ਲੈ ਜਾਂਦੇ ਸੀ, ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ, ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੈ, ਗਾਂਧੀ ਪਰਿਵਾਰ ਦੀ ਕਾਂਗਰਸ ਹੈ, ਭਾਵੇਂ ਆ ਬੀਜੇਪੀ ਹੁਣ ਹੈ, ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਦੀ ਕਿਸਾਨੀ ਨਹੀਂ, ਤੁਹਾਡੀ ਗਰੀਬ ਦੀ ਸਮੱਸਿਆ ਨਹੀਂ। ਉਹ ਇੱਥੇ ਆਉਂਦੇ ਹੈ ਰਾਜ ਕਰਨ ਵਾਸਤੇ ਕਿ ਅਸੀਂ ਬਹੁਤ ਵੱਡੀ ਇੱਕ ਸੂਬੇ ਤੇ ਕਬਜ਼ਾ ਕਰ ਲਿਆ। ਜੇ ਆਪਾਂ ਕਬਜ਼ਾ ਕਰਾਉਣਾ ਤਾਂ ਤੁਹਾਡੇ ਸਾਹਮਣੇ ਸ਼ੰਭੂ ਚ ਕੀ ਹੋਇਆ, ਤੁਹਾਡੇ ਸਾਹਮਣੇ ਕਿਵੇਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ, ਕਿਵੇਂ ਗਰੀਬ ਨੂੰ ਇੱਥੇ ਅੱਜ ਸਾਰੀ ਸਹੂਲਤਾਂ, ਆਟਾ ਦਾਲ ਵੀ ਬੰਦ ਹੈ, ਛਕਣ ਵੀ ਬੰਦ ਹੈ, ਪੈਨਸ਼ਨ ਵੀ ਬੰਦ ਹੈ। ਤੁਹਾਡੀ ਆਪਣੀ ਪਾਰਟੀ ਹੈ ਜਿਹੜਾ 100 ਸਾਲ ਦਾ ਇਤਿਹਾਸ ਹੈ, ਤੁਹਾਡੀ ਵਾਸਤੇ ਲੜਦੀ ਹੈ, ਕਿਸਾਨੀ ਵਾਸਤੇ ਲੜਦੀ ਹੈ, ਗਰੀਬ ਵਾਸਤੇ ਲੜਦੀ ਹੈ, ਵਪਾਰੀ ਵਾਸਤੇ ਲੜਦੀ ਹੈ, ਪੰਜਾਬ ਵਾਸਤੇ ਲੜਦੀ ਹੈ। ਹੁਣ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਹੈ ਜਾਂ ਬੰਦ ਕਰਨੀ ਹੈ। ਜੇ ਪਾਰਲੀਮੈਂਟ ਚ ਜੇ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦਾ ਹੀ MP ਸੀ ਤੇ ਕਾਂਗਰਸ ਦੇ ਕਿੰਨੇ MP ਸੀ। ਜਦੋਂ ਕੋਈ ਸਮੱਸਿਆ ਪੰਜਾਬ ਦੀ ਆਉਂਦੀ, ਕਿਸਾਨੀ ਦੀ ਆਉਂਦੀ, ਗਰੀਬ ਦੀ ਆਉਂਦੀ, ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਸਿਮਰਤ ਕੌਰ ਬਾਦਲ ਲੜਦੀ, ਆ ਕਾਂਗਰਸੀ ਕਿਤੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ। ਕਿਸਾਨੀ ਸੰਘਰਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੋਈ ਆਵਾਜ਼ ਉਠਾਈ, ਲੜਾਈ ਲੜੀ ਤੁਹਾਡੇ ਅਕਾਲੀ ਦਲ ਨੇ, ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ। ਇਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ, ਆਹ ਤੁਹਾਡੀ ਫੌਜ ਹੈ, ਕੌਮ ਦੀ ਫੌਜ ਹੈ, ਪੰਥ ਦੀ ਫੌਜ ਹੈ, ਪੰਜਾਬੀਆਂ ਦੀ ਫੌਜ ਹੈ। ਜੇ ਤੁਹਾਡੀ ਫੌਜ ਤਕੜੀ ਹੈ ਤੁਹਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ। ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ, ਤੁਹਾਡੀ ਦਿੱਲੀ ਸਿੱਖ ਆਪਣੇ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਤੋੜਤੀ, ਤਖ਼ਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ, ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ। ਕੀ ਤੁਸੀਂ ਹੁਣ ਪੰਜਾਬ ਦੇ ਘਰ ਘਰ ਤੇ ਕਬਜ਼ਾ ਕਰਾਉਣਾ? ਜੇ ਇਕੱਠੇ ਨਾ ਹੋਏ, ਤੁਹਾਡਾ ਆਪਣਾ ਸੂਬਾ, ਤੁਹਾਡਾ ਆਪਣਾ ਘਰ ਹੈ ਤੇ ਬਾਹਰ ਲਿਆ ਕੇ ਰਾਜ ਕਰਨਗੇ? ਫੈਸਲਾ ਤੁਹਾਡੇ ਹੱਥ 'ਚ ਹੈ। ਜੇ ਤੁਸੀਂ ਨਾ ਇਕੱਠੇ ਹੋਏ, ਇੱਕ ਝੰਡੇ ਥੱਲੇ ਨਾ ਇਕੱਠੇ ਹੋਏ, ਫਿਰ ਜ਼ਿੰਮੇਵਾਰੀ ਤੁਹਾਡੀ ਹੈ, ਨੁਕਸਾਨ ਅਗਲੀ ਪੀੜ੍ਹੀ ਦਾ ਤੁਸੀਂ ਕਰ ਦੋਗੇ। ਇਸ ਕਰਕੇ ਆਓ, ਸਾਰੇ ਪੰਜਾਬੀਆਂ ਨੂੰ, ਖਾਲਸਾ ਪੰਥ ਨੂੰ ਬੇਨਤੀ ਕਰਦਾ, ਤੁਹਾਡੀ ਆਪਣੀ ਮਾਂ ਪਾਰਟੀ, ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ, ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ
ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਨੂੰ ਤਗੜਾ ਕਰ ਦਿਓ, 13 ਦੀਆਂ 13 ਸੀਟਾਂ ਜਿਤਾ ਦਿਓ। ਤੁਸੀਂ ਦੇਖੋਗੇ ਕਿੱਡੀ ਵੱਡੀ ਆਵਾਜ਼ ਤੁਹਾਡੀ ਪਾਰਲੀਮੈਂਟ ਚ ਹੋਊਗੀ ਤੇ ਦੇਸ਼ ਚ ਹੋਊਗੀ। ਫੈਸਲਾ ਕਰਨੋ ਕਿ ਪੰਜਾਬ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ, ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ, ਨਾ ਕਮਲ ਦਾ ਫੁੱਲ ਉੱਗਣ ਦੇਣਾ। ਇੱਥੇ ਰਹੂਗੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ।